ਬਾਬਾ ਜੀ ਦਾ ਆਪਣਾ ਹਿੰਦੁਸਤਾਨ ਪਿੰਡ ਕਿਹੜਾ ਸੀ ਤੇ ਜ਼ਿਲ੍ਹਾ ਕਿਹੜਾ ਸੀ ਤੇ ਤਹਿਸੀਲ ਕਿਹੜੀ ਸੀ ਪਿੰਡ ਸਾਡਾ ਸੀ ਖਲੀਲਾ ਤਹਿਸੀਲ ਸੀ ਪਲੱਠਾ ਜ਼ਿਲ੍ਹਾ ਸੀ ਕਬੂਸੜਾ ਤੇ ਉਹਦੇ ਲਾਗੇ-ਛਾਗੇ ਜਿਹੜੇ ਪਿੰਡ ਸੀਗੇ ਨਸ਼ੀਚ ਵਾਲਾ ਡਾਲਾ ਸੈਨਪੁਰ ਬਕਰਪੁਰ ਪਸ਼ੀਯਾਲ ਮਿਆਣੀ ਖਲੀਲਾ ਹੂੰ ਐ ਬਕਰਪੁਰ ਕੋ ਨਡਾਲਾ ਉਹ ਜਬ ਬਰਿਆਮ ਸਿੰਘ ਪਟਵਾਰੀ ਸੀ ਨਡਾਲੇ ਪਿੰਡ ਦੇ ਵਿੱਚ ਹਾਂ ਬਰਿਆਮ ਸਿੰਘ ਪਟਵਾਰੀ ਸੀ ਹਾਂ ਬਰਿਆਮ ਸਿੰਘ ਪਟਵਾਰੀ ਸੀ ਅੱਛਾ ਤੇ ਜਦੋਂ ਉੱਥੋਂ ਉਦੋਂ 1947 ਨੂੰ ਤੁਸੀਂ ਇੱਧਰ ਨੂੰ ਆਏ ਤਾਂ ਤੁਹਾਨੂੰ ਕੀ ਕਿਹਾ ਉਹਨਾਂ ਨੇ ਉਧਰਲੇ ਬੰਦਿਆਂ ਨੇ ਵਿੱਚ ਪਾਕਿਸਤਾਨ ਚਲੋ ਜਾਂ ਕੀ ਵਜ੍ਹਾ ਬਣੀ ਉਹਨਾਂ ਨੇ ਕਹਿੰਦੇ ਉਹ ਸਾਨੂੰ ਵੜਦੇ ਸੀਗੇ ਅਸੀਂ ਉਹਨਾਂ ਨੇ ਵੜਦੇ ਸੀ ਅੱਛਾ ਜਿਹੜੇ ਉਹਨਾਂ ਦੇ ਕਾਬੂ ਆ ਜਾਂਦੇ ਸੀ ਉਹ ਮਸਜਿਦ ਕਰ ਦਿੰਦੇ ਜੇ ਸਾਡਾ ਕਾਬੂ ਆ ਜਾਏ ਅਸੀਂ ਉਹਨਾਂ ਨੂੰ ਕਰ ਦਿੰਦੇ ਸੀ ਅੱਛਾ ਅਜੇ ਬਾਤ ਟੋਕੋ ਹੁੰਦੀ ਹੁੰਦੀ ਹਾਂ ਉੱਥੇ ਜਿਹੜੇ ਸੀ ਉਹ ਹਿੰਦੁਸਤਾਨ ਜਾ ਵੜੇ ਸੀ ਉਹ ਤੇ ਜਿਹੜੇ ਸੀ ਅਸੀਂ ਪਾਕਿਸਤਾਨ ਜਾ ਗਏ ਤੇ ਜਦੋਂ ਤੁਸੀਂ ਆਪਣੇ ਪਿੰਡੋਂ ਤੁਰੇ ਸੀ ਤਾਂ ਅਗਲੇ ਪਿੰਡ ਕਿਹੜੇ ਗਏ ਸੀ ਕੋਈ ਪਿੰਡਾਂ ਦਾ ਯਾਦ ਹਾਂ ਉਹ ਪਿੰਡ ਸਾਨੂੰ ਕੋਈ ਨਹੀਂ ਸੀ ਆ ਰਾਜ ਅੱਛਾ ਸਾਡਾ ਥੋੜਾ ਜਿਹਾ ਫੈਸਲਾ ਸੀ ਕਰ ਤੇ ਦਰਿਆ ਵੀ ਕਹਿੰਦੇ ਸੀ ਕੋਈ ਤੁਸੀਂ ਦੱਸ ਦੇ ਅੱਜ ਜਾ ਸਾਡਾ ਸੀ ਜਿਆ ਬਿਆਸਾ ਬਿਆਸਾ ਦਰਿਆ ਬਿਆਸਾ ਦਰਿਆ ਤੋਂ ਤੁਹਾਡਾ ਦੋ ਪਿੰਡ ਕਿੰਨੇ ਕੁ ਦੂਰ ਸਨ ਜੈ ਮੀਲ ਅੱਛਾ ਤਿੰਨ ਮੀਲ ਸੀ ਹਾਂ ਅੱਛਾ ਅੱਛਾ ਉੱਥੇ ਵਾਈ ਕਿਹੜੀ ਸੀ ਜਿਹ ਮੇਰੀ ਸਾਡੀ ਆਪਣੀ ਉੱਥੇ ਸੀਗੀ ਅੱਛਾ ਖਲੀਲਾ ਪਿੰਡ ਚ ਹਾਂ ਅੱਛਾ ਮਾਰਜੀ ਬੇਹੇਜਾ ਜਦਾਂ ਜੇ ਕਾਸ਼ ਜੀ ਮੇਨ ਵੀ ਸੀਗੀ ਤੇ ਉਹ ਬੰਦੇ ਕਿਦਾਂ ਨੇ ਚੰਗੇ ਸੀਗੇ ਹਾਂ ਚੰਗੇ ਸੀਗੇ ਅੱਛਾ ਅੱਛਾ ਤੇ ਆਪਣੇ ਪਿੰਡ ਦੇ ਹੋਰ ਕਿਹੜੇ-ਕਿਹੜੇ ਉੱਥੋਂ ਬੰਦੇ ਜਿਹੜੇ ਉੱਠ ਕੇ ਆਏ ਆ ਜਿਹੜੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਕਿਹੜੇ ਖਜੀਲਾ ਜੀ ਹਾਂ ਖਜੀਲਾ ਜੀ ਨੂੰ ਮਜੀਸ਼ ਦੇ ਬਾਬਾ ਲਾਹੀ ਸੀ ਬਾਂਜਾ ਸੀਗਾ ਤੇ ਗੌਰ ਇਹ ਬਾਬਾ ਕਾਜੂ ਤੇ ਤੇ ਹੋਰ ਵਿਰਾਮ ਮੁਮਿੰਦ ਕਲਾਮ ਨਬੀ ਮਗਦਰੀ ਤੇ ਜਿਹੜੇ ਉਸ ਪਿੰਡ ਦੇ ਵਿੱਚ ਕੋ ਸਿੱਖ ਰਹਿੰਦੇ ਸੀ ਜਦੋਂ ਤੁਸੀਂ ਉੱਥੇ ਹੁੰਨੇ ਸੀ ਸਾਡੇ ਪਿੰਡ 'ਚ ਕੋਈ ਸਿੱਖ ਨਹੀਂ ਇੱਕ ਕਰ ਬਹਾਮਣਾ ਆਇਆ ਸੀ ਅੱਛਾ ਬਹਾਮਣਾ ਦਾ ਸੀ ਉਹਨਾਂ ਦਾ ਨਾਂ ਕੀ ਸੀਗਾ ਮਾ ਜਦੇਵੀ ਜਲਦਰੂੜਾ ਦੇਵੀ ਦਾਦਰੂੜਾ ਹਾਂ ਅੱਛਾ ਬਾਕੀ ਸਾਰੇ ਮੁਸਲਮਾਨ ਰਹਿੰਦੇ ਸੀ ਬਾਕੀ ਸਾਰੇ ਮੁਸਲਮਾਨ ਰਾਈ ਸੀ ਜਾਂ ਜੱਟ ਸੀਗੇ ਅੱਛਾ ਰਾਈ ਸੀ ਜਾਂ ਜੱਟ ਤੇ ਜ਼ਮੀਨ ਉਸ ਤੁਹਾਡੀ ਕਿੰਨੀ ਸੀਗੀ ਜਿੰਮੀ ਇਹ ਬੁੱਢਿਆਂ ਨੂੰ ਪਤਾ ਹੋਊਗਾ ਕਿੰਨੀ ਸੀਗੀ ਅੱਛਾ ਤੇ ਤੁਹਾਡੀ ਉਮਰ ਉਹ ਤਾਂ ਕਿੰਨੀ ਸੀਗੀ ਵੀ ਜਦੋਂ ਇਹ ਕੰਮ ਰੋਲਾ ਪਿਆ ਵਾ ਬਾਬਾ ਸਾਰੇ ਪਤਾਗਾ ਕੁੜੀ ਨਾਲ ਤਗੜਾ ਹੋਊਗਾ ਜਰਾ ਕੁੜੀ ਨਾਲੋਂ ਚਲੋ ਕੋ 15 16 ਸਾਲ ਅੰਦਾ ਜਾਂ ਆਹੋ ਅੱਛਾ ਅੱਛਾ 15 16 ਸਾਲ ਉਮਰ ਸੀ ਤੁਹਾਡੀ ਹਾਂ ਸਹੀ ਆ ਪਿੰਡ ਦੇਖਣ ਨੂੰ ਹੁਣ ਬਾਬਾ ਜਿਹੜਾ ਆਪਣਾ ਖਲੀਲ ਦਾ ਪਿੰਡ ਆ ਦੇਖਣ ਨੂੰ ਦਿਲ ਕਰਦਾ ਹੁਣ ਤੁਹਾਡਾ ਬੰਦੇ ਹੋ ਜੀ ਇਹ ਖੁੱਲੀਆਂ ਜਿੱਦਾਂ ਬਹੁਤ ਵੱਡੇ ਸੀ ਜਿੱਦਾਂ ਖੂਬ ਵੱਗਦੇ ਸੀ ਅੱਛਾ ਆ ਵੀ ਕੋ ਸਾਰਾ ਮੈਨੂੰ ਨਜ਼ਰ ਆਉਂਦਾ ਹੱਲੇ ਵੀ ਹੱਲੇ ਵੀ ਅੱਛਾ ਅੱਛਾ ਪੁੱਛੇ ਜਿਹੜਾ ਸਭ ਕੋ ਪਸ਼ੂ ਗਾਇਆਂ ਮਈਆਂ ਸਭ ਜੀ ਜੀਆਂ ਅੱਛਾ ਅੱਛਾ ਤੇ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਆ ਹੋਣ ਜਿਹੜੇ ਆਏ ਆ ਗੱਡੀ ਤੇ ਸਿੰਜੀ ਆ ਜੀ ਨਹੀਂ ਨਹੀਂ ਫੇਰ ਵੀ ਚਲੋ ਜੀ ਨੁਰੇ ਚੱਲਦੇ ਆਂ ਲਾਇਨ ਤੁਹਾਡੀ ਕਿੰਨੇ ਕੁ ਮੋੜੀ ਅਸੀਂ 80 ਸਾਲ ਹੋ ਗਏ ਆਪਣੇ ਆ ਅੱਛਾ 80 ਕੇ ਸਾਲ ਹਾਂ ਨਹੀਂ 80 ਸਾਲ ਤਾਂ ਫੇਰ ਬਾਬਾ ਤੁਹਾਡੀ ਜ਼ਿਆਦੀ ਹੋਣੀ ਮੈਨੂੰ ਲੱਗਦਾ ਅਸੀਂ ਤੇ ਚੱਲ 85 ਲਾ ਲਓ ਆ ਇੱਥੇ ਕੋ ਹੋਣੀ ਆ ਤਵੇ ਹੋਣੇ ਅੱਛਾ ਬਾਬਾ ਜਦੋਂ ਤੁਸੀਂ ਉੱਥੋਂ ਤੁਰੇ ਆਂ ਹਾਂ ਤੇ ਆਪਣਾ ਚੀਜ਼ ਸਮਾਨ ਕਾਤੇ ਤੁਰੇ ਆ ਕੋ ਰੇੜੀਆਂ ਦੇ ਤੁਰੇ ਆ ਤੋ ਪੈਦਲ ਹੀ ਤੁਰ ਪਏ ਸੀ ਇਹ ਜਿਹੜਾ ਸਮਾਨ ਜਿਹੜਾ ਉਹ ਗੱਡੀਆਂ ਤੇ ਰੱਖਿਆ ਸੀ ਉਹ ਰੇੜੀਆਂ ਰੂੜੀਆਂ ਨਹੀਂ ਸੀ ਹੁੰਦੇ ਗੱਡੇ ਹੁੰਦੇ ਪਹੀਆਂ ਵਾਲੇ ਅੱਛਾ ਤੇ ਉਹ ਲੋਕ ਤੇ ਰੱਖਿਆ ਮੇਰੇ ਆਟਾ ਦਾਣਾ ਬੋਲੀਆਂ ਦਾਣੀਆਂ ਦੀ ਆ ਅੱਛਾ ਇਹ ਕੋ ਚੱਕੀਆਂ ਦਾਣੇ ਪੀਲੇ ਬਾੜੇ ਰੱਖੀਆਂ ਸੀ ਜੀ ਅੱਛਾ ਉਹ ਜਿੱਥੇ ਵੀ ਸਾਡਾ ਕੰਮ ਲੱਗਣਾ ਅੱਛਾ ਉੱਥੇ ਵੀ ਉਹ ਚੱਕੀ ਰੱਖ ਲੈਣੀ ਹੈ ਦਾਣੇ ਪੀ ਕੇ ਆਟਾ ਬਣਾ ਲੈਣਾ ਰੋਟੀਆਂ ਪਕਾ ਕੇ ਖਾ ਲੈਣੀ ਆ ਤੇ ਕਿੰਨੇ ਦਿਨਾਂ ਚ ਫਿਰ ਪਾਕਿਸਤਾਨ ਤੁਸੀਂ ਪਹੁੰਚੇ ਸੀ ਇੱਥੇ ਵਾਵਾ ਜਨ ਲੱਗਿਆ ਸੀ ਕਿ ਮੇਰੇ ਖਿਆਲ ਕੋਈ 25 ਦਿਨ ਵੀ 25 ਦਿਨ ਹੀ ਲੱਗੇ ਹੋਣਿਆ ਅੱਛਾ ਵੀ 25 ਦਿਨ ਲੱਗੇ ਸੀ ਤੁਹਾਨੂੰ ਤੁਰਿਆਂ ਨੂੰ ਹਾਂ ਤੂੰ ਗੱਡਿਆਂ ਦੇ ਸਵਰ ਕੀਤਾ ਤੁਸੀਂ ਹਾਂ ਗੱਡਿਆਂ ਦੇ ਸਵਰ ਕੀਤਾ ਹਾਂ ਗੱਡਿਆਂ ਦੇ ਉਹ ਗੱਡੇ ਬਰੈਜ਼ਲ ਚੁਰ ਕੇ ਕੀਤਾ ਗੱਡਿਆਂ ਦੇ ਜੋ ਜਿਆ ਸੇ ਥੋੜਾ ਥੋੜਾ ਸਾਮਾਨ ਰੱਖਿਆ ਤੇ ਜਿਹੜਾ ਪਿੱਛੇ ਤੁਸੀਂ ਕੀ ਕੁਝ ਛੱਡ ਕੇ ਆਏ ਸੀ ਘਰ ਦਾ ਉਹ ਚ ਸਾਰੀਆਂ ਮਈਆਂ ਮਾਲ ਜਾਈਆਂ ਬੱਕਰੀਆਂ ਜੋ ਕੋ ਸਭ ਛੱਡਿਆ ਸੀ ਉੱਥੇ ਪਿਆ ਸੀ ਅੱਛਾ ਉੱਥੇ ਛੱਡੇ ਹਾਂ ਉਹ ਬੱਕਰੀ ਆ ਜਾ ਹੁਣ ਜਮਾਨ ਹੈ ਨਾ ਪਾਕਿਸਤਾਨ ਦੇ ਅੰਦਰ ਭਰੇ ਉਹ ਜੋ ਇਹਨਾਂ ਸਾਮਾਨ ਹੈ ਜੀ ਸੀਗਾ ਅੱਛਾ ਥੋੜਾ ਥੋੜਾ ਹੁੰਦਾ ਸਾਮਾਨ ਥੋੜਾ ਥੋੜਾ ਹੋ ਗਿਆ ਜਦੋਂ ਕਿ ਮਿੱਚਾ ਹੋਈਆਂ ਜਿਹੜਾ 200 ਸੌਣਾ ਹੋਈਆਂ ਅੱਛਾ ਬਲਾ ਕੁਝ ਸੀਗਾ ਜਦੋਂ ਬੇਸਰੇ ਹੋ ਹਾਂ ਹੁਣ ਆ ਗਿਆ ਪਰੋਂਲੇ ਬਾਪ ਤੇ ਹੁਣ ਤੇ ਅੰਦਰਾਂ ਦੇ ਅੰਦਰ ਭਰੇ ਭਏ ਹੋਰ ਡੰਡਲ ਪਜੇਗੇ ਹੁਣ ਤੇ ਸੂਲ ਸਾਡੇ ਇੱਕ ਬੰਦੇ ਦੇ ਕਈ ਕਈ ਆ ਗਏ ਬੁੜੀ ਦੇ ਦਰਕਰਾਰ ਆ ਹਾਂ ਇਦਾਂ ਹੀ ਇਦਾਂ ਹੀ ਅਸੀਂ ਜਿਹੜੇ ਪਹਿਲੇ ਪਏ ਆ ਹਾਂਜੀ ਤੇ ਤੁਹਾਡਾ ਨਾਮ ਬਾਬਾ ਜੀ ਕੀ ਆ ਮਖ्तार احمد ਹਾਂਜੀ ਹਾਂ ਮਖ्तार ਬਾਬਾ ਜੀ ਉਹਨਾਂ ਦਾ ਨਾਮ ਮਖ्तार ਆ ਤੇ ਜੱਟ ਜੱਟ ਬਰਾਦਰੀ ਆ ਪਢਾਲ ਜੱਟ ਹਾਂ ਸਹੀ ਹੈ ਤੇ ਤੁਹਾਡੇ ਜਿਹੜਾ ਪਿੰਡ ਦਾ ਗੁਲਮਰਦਾਰ ਸੀ ਉਹਦਾ ਕੋਈ ਨਾਮ ਯਾਦ ਆ ਹਾਂ ਲੰਮਰਦਾਰ ਦਾ ਨਾਮ ਯਾਦ ਆ ਪਿੰਡ ਦਾ ਸਾਡੇ ਹਾਂ ਆ ਉਹ ਖੈਰਾ ਲੰਮਰਦਾਰ ਸੀਗਾ ਖੈਰਾ ਲੰਮਰਦਾਰ ਆਹੋ ਅੱਛਾ ਅੱਛਾ ਸਹੀ ਸਹੀ ਤਵੀ ਤਵੀ ਲਾਉਂ ਬਿਚਾ ਲਾ ਆ ਜੀ ਤਵੀ ਨਾ ਅੱਜ ਇਹਦਾ ਜਾਓ ਲਾ ਇਹਦਾ ਪੈਸਾ ਦਾ ਘਰ ਵਾ ਦਾ ਆ ਜਾ ਜੱਜੀ